ਬੁੜੀਆ ਰੋਜ ਤੇਰੀ ਬੇਬੇ ਨੂੰ ਕਹਿੰਦੀ ਅਸੀਂ ਵੀ ਧੰਨ ਕੁਰੇ ਤੂੰ ਮੁੰਡਾ ਜੰਮਿਆ ਕੇ ਰੱਦੀ ਟਾਇਰ ਸਾਣ ਦਾ ਠੇਕਾ ਲਿਆ। ਯਾਰ ਹੱਦ ਹੋ ਗਈ ਤੇਰੇ ਵਾਲੀ ਵੀ, ਮੈਂ ਚੱਲਿਆ ਜਰਾ ਪਰਾਂ ਹੋ ਕੇ ਚੱਲੀ, ਕਿਤੇ ਅੰਦਰ ਹੀ ਭੱਬਲ ਨਾ ਧਾ ਦੀ, ਮੈਂ ਹੁਣੇ ਨਹਾ ਕੇ ਆਇਆ। ਚੰਗਾ ਫਿਰ। ਓ ਮਾਈ ਡੀਅਰ ਧੂਤੇ, ਓਏ ਤੂੰ ਤਾਂ ਗੁੱਸਾ ਕਰ ਗਿਆ। ਓ ਯਾਰ ਤੈਨੂੰ ਤੇ ਪਤਾ ਹੈ ਮੇਰੀ ਲੁਤਰੋ ਨਹੀਂ ਟਿਕਦੀ, ਬਥੇਰਾ ਕੰਟਰੋਲ ਕਰਦਾ ਪਰ ਇਹ ਫਿਸਲ ਹੀ ਜਾਂਦੀ ਆ। ਫਿਸਲ ਜਾਂਦੀ ਹੈ ਇਹਦੀ ਲੁਤਰੋ, ਤੇਰੀ ਐਸੇ ਲੁਤਰੋ ਕਰਕੇ ਤੂੰ ਹੁਣ ਤੱਕ ਛੜਾ ਫਿਰਦਾ ਹੈ, ਹੁਣ ਨੂੰ ਵਿਆਹ ਨਾ ਹੋ ਜਾਂਦਾ ਤੇਰਾ। ਓਏ ਤੂਤਿਆ ਵਿਆਹ ਤੇ ਹੋ ਜਾਣਾ ਸੀ ਮੇਰਾ, ਪਰ ਕੋਈ ਕਾਰੋਬਾਰ ਸੈੱਟ ਨਾ ਹੋਣ ਕਰਕੇ ਕੁੜੀ ਵਾਲੇ ਜਵਾਬ ਦੇ ਗਏ। ਉਹ ਅੱਜ ਕੱਲ ਥਾਂ ਥਾਂ ਤੇ ਤਾਂਤਰਿਕ ਬੈਠੇ ਆ, ਜਾਂ ਕਿਸੇ ਹੋਰ ਸਾਧ ਸੂਧ ਨੂੰ ਆਪਣੀ ਕੁੰਡਲੀ ਦੱਸ ਪੁੱਛ ਲੈਂਦਾ। ਆਪਦੀ ਬੇਹੀ ਸਲਾਹ ਆਪਦੇ ਕੋਲ ਹੀ ਰੱਖ। ਮੈਂ ਗਿਆ ਸੀ ਬਾਬਾ ਬੁੱਥੀ ਚੱਟ ਕੋਲ, ਮੈਂ ਕਿਹਾ ਬਾਬਾ ਜੀ ਕੋਈ ਅਜਿਹਾ ਮੰਤਰ ਮਾਰੋ ਜਿਹਦੇ ਨਾਲ ਮੇਰਾ ਵਿਆਹ ਹੋ ਜੇ। ਫਿਰ ਕੀ ਕਹਿੰਦਾ ਬਾਬਾ? ਬਾਬਾ ਕਹਿੰਦਾ, ਭਗਤਾ ਜੇ ਕੋਈ ਅਜਿਹਾ ਮੰਤਰ ਹੁੰਦਾ ਫਿਰ ਕਮਲਿਆ ਮੈਂ ਸਾਧਕਾ ਤੋਂ ਬਣਦਾ। ਵਾਕਿਆ ਚੱਲਿਆ, ਕੁਝ ਨਹੀਂ ਹੁੰਦਾ ਇੰਨਾ ਸਾਧਾ ਸੰਤਾਂ ਕੋਲ, ਜਾਦੂ ਮੰਤਰਾਂ ਦੀ ਮਾੜੀ ਮੋਟੀ ਕਲਾ ਹੁੰਦੀ ਆ, ਜਿਹਦੇ ਆਸਰੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ ਫੁਲਕਾ ਚਲਾਈ ਰੱਖਦੇ ਆ। ਹੱਥ ਦੀ ਸਫਾਈ ਹੁੰਦੀ ਆ ਸਾਰੀ। ਤੋਤਿਆ ਹੱਥ ਦੀ ਸਫਾਈ ਵੀ ਕੋਈ ਆਮ ਖਾਸ ਬੰਦਾ ਨਹੀਂ ਵਿਖਾ ਸਕਦਾ। ਕਿਉਂ? ਹੱਥ ਦੀ ਸਫਾਈ ਤਾਂ ਮੇਰਾ ਬਾਪੂ ਵੀ ਦਿਖਾਉਂਦਾ ਹੁੰਦਾ ਸੀ, ਬੜੇ ਸ਼ੋ ਕੀਤੇ ਉਹਨੇ ਸਕੂਲਾਂ ਵਿੱਚ। ਪਰ ਮੈਂ ਸੁਣਿਆ ਹਰੇਕ ਵਾਰੀ ਉਹਦੀ ਸਫਾਈ ਫੜੀ ਜਾਂਦੀ ਸੀ। ਜਾ ਓਏ ਜਾ, ਜੇ ਮੈਂ ਆਪਣੇ ਬਾਪੂ ਦੀਆਂ ਗੱਲਾਂ ਦੱਸਾਂ ਤਾਂ ਤੂੰ ਹੈਰਾਨ ਰਹਿ ਜਾਏਗਾ। ਬਾਪੂ ਦੀਆਂ ਗੱਲਾਂ? ਹਾਂ, ਜਦੋਂ ਮੇਰੇ ਬਾਪੂ ਦਾ ਵਿਆਹ ਹੋਇਆ ਉਹ ਮੇਰੀ ਬੇਬੇ ਕੋਲ ਗਿਆ ਤੇ ਦੇਖ ਲੈ ਮੈਂ ਹੋ ਗਿਆ। ਓਏ ਫਿਰ ਇਹ ਸਵਾਹ ਜਾਦੂ ਆ? ਜਾਦੂ ਤਾਂ ਇਹਨੂੰ ਤਾਂ ਮੰਨਦੇ ਵੀ ਵਿਆਹ ਤੋਂ ਬਾਅਦ ਤੇਰਾ ਬਾਪੂ ਤੇਰੀ ਬੇਬੇ ਕੋਲੇ ਜਾਂਦਾ ਹੀ ਨਾ ਤੇ ਤੂੰ ਫੇਰ ਹੁੰਦਾ। ਓਏ ਤੂੰ ਕਰਦਾ ਵਿਦੇਸ਼ੀ ਜਾਦੂ ਦੀ ਗੱਲ, ਭਰਾਵਾ ਇਹ ਇੰਡੀਆ ਇੰਡੀਆ ਅਮਰੀਕਾ ਨਹੀਂ। ਓਏ ਅਮਰੀਕਾ ਦੇ ਹੱਥ ਦੀ ਸਫਾਈ ਦਾ ਤਾਂ ਕਹਿਣੇ ਕੀ ਆ, ਉੱਥੇ ਤਾਂ ਸਾਇੰਸ ਅਤੇ ਟੈਕਨੋਲੋਜੀ ਦਾ ਜਾਦੂ ਚੱਲਦਾ ਹੈ। ਤੈਨੂੰ ਪਤਾ ਪਿੱਛੇ ਜੇ ਮੈਂ ਅਮਰੀਕਾ ਗਿਆ ਸੀ? ਆਹੋ ਬਈ, ਜਾਂਦੇ ਦਾ ਹੀ ਮੇਰਾ ਐਕਸੀਡੈਂਟ ਹੋ ਗਿਆ, ਮੇਰੀ ਖੱਬੀ ਅੱਖ ਹੀ ਨਿਕਲ ਗਈ ਸੀ, ਪਰ ਸਦਕੇ ਜਾਈਏ ਉੱਥੋਂ ਦੇ ਡਾਕਟਰਾਂ ਦੇ, ਉਹਨਾਂ ਨੇ ਤੁਰੰਤ ਮੇਰੇ ਨਵੀਂ ਅੱਖ ਲਾਤੀ। ਅੱਖ ਵੀ ਕਿਹਦੀ? ਅਮਰੀਕਾ ਦੇ ਫਿਲਮ ਨਿਰਦੇਸ਼ਕ ਟਿਮੀ ਜਾਰਡਨ ਦੀ, ਜਿਹੜਾ ਉਦੋਂ ਤਾਜ਼ਾ ਤਾਜ਼ਾ ਹੀ ਮਰਿਆ ਸੀ। ਤਾਈਓ ਇੱਕ ਚੀਜ਼ ਤੇਰੀ ਸੱਜੀ ਅੱਖ ਵਿੱਚ ਹੈਗੀ ਆ ਤੇ ਖੱਬੀ ਚ ਨਹੀਂ। ਕਿਹੜੀ ਚੀਜ਼? ਸ਼ਰਮ। ਤਾਂ ਹੀ ਮੈਂ ਹੁਣ ਸਮਝਿਆ। ਹੈ ਕੀ ਸਮਝਿਆ? ਓਏ ਤੂਤਿਆ ਆਹੀ ਵੀ ਜਦੋਂ ਮੈਂ ਕੋਈ ਮਲਕਾ ਸ਼ਰਾਵਤ ਵਰਗੀ ਕੁੜੀ ਵੇਖਦਾ ਹੈ ਤਾਂ ਮੇਰੀ ਖੱਬੀ ਅੱਖ ਖੁੱਲੀ ਰਹਿੰਦੀ ਆ ਤੇ ਸੱਜੀ ਅੱਖ ਸ਼ਰਮ ਨਾਲ ਬੰਦ ਹੋ ਜਾਂਦੀ ਆ।